वाहेगुरु जी का खालसा, वाहेगुरु जी की फतेह। आज हमारे बने फाग, प्रभ संगी मिल खेलन लाग। होली कीनी संत सेव, रंग लागा अत लाल देव। गुरु प्यारे खालसा जीओ, श्री आनंदपुर साहिब तख्त श्री केसगढ़ साहिब जी की यह पावन पवित्र धरती है, जिस धरती नौवें पातशाह धन गुरु तेग बहादुर साहब जी महाराज ने आप मुल खरीद के वसाउणा कीता। और इसे ही धरती ते दशमेश पिता धन गुरु गोबिंद सिंह साहिब जी महाराज ने पंज सिखां दे सीस लै के खालसा पंथ प्रगट कीता, पंथ नूं साजना कीता। और इसे ही धरती तों दशमेश पिता जी ने खालसे दी वखरी होंद हस्ती दा प्रतीक, खालसे दी चढ़दी कला, खालसे दी आन बान शान दा प्रतीक, होले महले दा त्योहार, जिस दी आरंभता सतगुरां ने आप अपने जीवन दे विच इथों कीती है। और उदों तों ही लै के समुचा खालसा पंथ इस धरती ते इस कौमी त्योहार नूं, इस रवायती त्योहार नूं बहुत ही चढ़दी कला दे विच मनाउंदा आ रहा है। और हर साल ही समुचे विश्व दे विचों लखां दी गिणती विच संगतां इस धरती ते दर्शन दीदारे करन वास्ते पहुंचदियां ने। इस वार होले महल्ले दा इह पावन त्योहार 19 मार्च 2022 नूं तख्त श्री केसगढ़ साहिब श्री आनंदपुर साहिब जी विखे बहुत ही चढ़दी कला दे विच मनाया जा रहा है। संगतां प्रति बेनतियां ने कि इस त्योहार नूं बहुत ही पावन पवित्र तरीके दे नाल, बहुत ही श्रद्धा और बहुत ही भावना दे नाल मनाया जाए। अक्सर वेखण दे विच आउंदा है कि साढ़े नौजवान वीर, साढ़े नौजवान बच्चे ਉਹ ਮੋਟਰਸਾਈਕਲਾਂ ਦੇ ਸਲੰਸਰ ਲਾ ਕੇ, ਮੋਟਰਸਾਈਕਲਾਂ ਦੇ ਪਟਾਕੇ ਮਾਰਦੇ ਹੋਏ, ਉੱਚੀ ਉੱਚੀ ਰੇਸ ਦਿੰਦੇ ਹੋਏ, ਕਿਲਕਾਰੀਆਂ ਮਾਰਦੇ ਹੋਏ ਇਸ ਧਰਤੀ ਤੇ ਪੁੱਜਦੇ ਨੇ। ਟਰੈਕਟਰਾਂ ਦੇ ਉੱਤੇ, ਟਰੱਕਾਂ ਦੇ ਉੱਤੇ ਉੱਚੀ ਉੱਚੀ ਆਵਾਜ਼ ਵਿੱਚ ਸਪੀਕਰ ਲਾ ਕੇ, ਗੀਤ ਆਦਿਕ ਲਾ ਕੇ ਇਸ ਧਰਤੀ ਵੱਲ ਆਉਂਦੇ ਨੇ, ਜੋ ਕਿ ਇੱਥੋਂ ਦੇ ਰੰਗ ਵਿੱਚ ਭੰਗ ਪਾਉਣ ਦਾ ਇੱਕ ਬਹੁਤ ਵੱਡਾ ਜ਼ਰੀਆ ਬਣਦੇ ਨੇ। ਸਾਨੂੰ ਚਾਹੀਦਾ ਕਿ ਅਸੀਂ ਇਸ ਪਾਵਨ ਸਥਾਨ ਤੇ ਬਹੁਤ ਹੀ ਸ਼ਰਧਾ ਸਤਿਕਾਰ ਸਹਿਤ ਆਈਏ ਔਰ ਦਰਸ਼ਨ ਦੀਦਾਰੇ ਕਰਕੇ ਆਪਣੇ ਜੀਵਨ ਨੂੰ ਸਫਲਾ ਕਰੀਏ। ਬਹੁਤ ਵੱਡੀ ਗਿਣਤੀ ਵਿੱਚ ਇਸ ਧਰਤੀ ਤੇ ਔਰ ਇਸ ਧਰਤੀ ਤੇ ਆਉਣ ਵਾਲੇ ਰਸਤਿਆਂ ਤੇ ਸੰਗਤਾਂ ਦੇ ਵੱਲੋਂ ਥਾਂ ਥਾਂ ਤੇ ਲੰਗਰਾਂ ਦੀ ਸੇਵਾ ਕੀਤੀ ਜਾਂਦੀ ਹੈ। ਥਾਂ ਥਾਂ ਤੇ ਮੈਡੀਕਲ ਸਹੂਲਤਾਂ ਸੰਗਤ ਵਾਸਤੇ ਮੁਹੱਈਆ ਕੀਤੀਆਂ ਜਾਂਦੀਆਂ ਨੇ, ਟਰਾਂਸਪੋਰਟ ਸਹੂਲਤਾਂ ਸੰਗਤ ਵਾਸਤੇ ਮੁਹੱਈਆ ਕੀਤੀਆਂ ਜਾਂਦੀਆਂ ਨੇ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਹੋਲੇ ਮਹੱਲੇ ਦੇ ਪਾਵਨ ਤਿਉਹਾਰ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਤਿਆਰੀਆਂ ਜਿਹੜੀਆਂ ਨੇ ਆਰੰਭ ਕਰ ਦਿੱਤੀਆਂ ਜਾਣ। ਔਰ ਖਾਸ ਕਰਕੇ ਖਿਆਲ ਰੱਖਿਆ ਜਾਏ ਕਿ ਲੰਗਰਾਂ ਦੇ ਵਿੱਚ ਪਲਾਸਟਿਕ ਦੀ ਵਰਤੋਂ ਬਿਲਕੁਲ ਨਾ ਕੀਤੀ ਜਾਏ। ਲੰਗਰਾਂ ਦੇ ਵਿੱਚ ਜੋ ਖਾਣੇ ਪਰੋਸੇ ਜਾਣ ਉਹ ਬਹੁਤ ਹੀ ਵਧੀਆ ਕੁਆਲਿਟੀ ਦੇ ਮਿਆਰੀ ਵਸਤੂਆਂ ਵਰਤੀਆਂ ਜਾਣ, ਤਾਂ ਕਿ ਸੰਗਤ ਦੀ ਸਿਹਤ ਵੀ ਬਿਲਕੁਲ ਜਿਹੜੀ ਹੈ ਉਹ ਖਰਾਬ ਨਾ ਹੋਵੇ। ਚੰਗੇ ਰਾਸ਼ਨ ਦੀ ਵਰਤੋਂ ਕੀਤੀ ਜਾਏ, ਚੰਗੇ ਸੰਗਤ ਦੇ ਪੀਣ ਵਾਲੇ ਪਾਣੀ ਦੀ ਵਰਤੋਂ ਕੀਤੀ ਜਾਏ, ਚੰਗੀਆਂ ਦਵਾਈਆਂ ਦੀ ਵਰਤੋਂ ਕੀਤੀ ਜਾਏ, ਤਾਂ ਕਿ ਸੰਗਤ ਦੀ ਸੇਵਾ ਅਸੀਂ ਤਨ ਕਰਕੇ, ਮਨ ਕਰਕੇ, ਧਨ ਕਰਕੇ ਕਰ ਸਕੀਏ। ਪ੍ਰਸ਼ਾਸਨ ਨੂੰ ਹਰ ਪੱਖ ਤੋਂ ਸਹਿਯੋਗ ਸੰਗਤਾਂ ਜ਼ਰੂਰ ਦੇਣ, ਕਿਉਂਕਿ ਜੇਕਰ ਅਸੀਂ ਪ੍ਰਸ਼ਾਸਨ ਨੂੰ ਸਹਿਯੋਗ ਨਹੀਂ ਦੇਵਾਂਗੇ ਤੇ ਅਸੀਂ ਇਸ ਹੋਲੇ ਮਹੱਲੇ ਦੇ ਪਾਵਨ ਤਿਉਹਾਰ ਨੂੰ ਨਿਰਵਿਘਨਤਾ ਸਹਿਤ ਸੰਪੂਰਨ ਨਹੀਂ ਕਰ ਸਕਾਂਗੇ। ਇਸ ਕਰਕੇ ਪ੍ਰਸ਼ਾਸਨ ਨੂੰ ਵੀ ਲੋੜੀਂਦਾ ਸਹਿਯੋਗ ਸੰਗਤਾਂ ਜ਼ਰੂਰ ਹੀ ਦੇਣ ਔਰ ਪ੍ਰਬੰਧਕ ਸਾਹਿਬਾਨਾਂ ਨੂੰ ਵੀ, ਜਿੱਥੇ ਜਿੱਥੇ ਵੀ ਕੋਈ ਸੇਵਾ ਕਰ ਰਿਹਾ ਉਹਨਾਂ ਸੇਵਾਦਾਰਾਂ ਨੂੰ ਵੀ ਸਹਿਯੋਗ ਜਿਹੜਾ ਉਹ ਸੰਗਤਾਂ ਜ਼ਰੂਰ ਦੇਣ, ਤਾਂ ਕਿ ਬਹੁਤ ਹੀ ਸਹੀ ਤਰੀਕੇ ਦੇ ਨਾਲ ਸੰਗਤਾਂ ਨਤਮਸਤਕ ਹੋ ਕੇ ਦਰਸ਼ਨ ਦੀਦਾਰੇ ਕਰਕੇ ਆਪਣਾ ਜੀਵਨ ਸਫਲਾ ਕਰ ਸਕਣ। ਸਮੁੱਚੀਆਂ ਵਿਸ਼ਵ ਭਰ ਵਿੱਚ ਵਸਦੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਖਾਲਸੇ ਦੇ ਇਸ ਕੌਮੀ ਤਿਉਹਾਰ ਹੋਲੇ ਮਹੱਲੇ ਦੇ ਪਾਵਨ ਤਿਉਹਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਜੀ ਵਿਖੇ ਪਹੁੰਚ ਕਰਕੇ ਦਰਸ਼ਨ ਦੀਦਾਰੇ ਕਰਕੇ ਆਪਣਾ ਜਨਮ ਸਫਲਾ ਕਰੋ। ਸਮੁੱਚੇ ਖਾਲਸਾ ਪੰਥ ਨੂੰ ਹੋਲੇ ਮਹੱਲੇ ਦੇ ਪਾਵਨ ਤਿਉਹਾਰ ਦੀਆਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਵੱਲੋਂ ਬਹੁਤ ਬਹੁਤ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।